ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਜਿੰਨੇ ਵੀ ਜਾਣੇ ਇੱਦਾਂ ਦੇਖ ਰਹੇ ਨੇ ਅੰਦਰ ਆ ਕੇ ਇਸ ਜਿਹੜੀ ਮਹਿਫਿਲ ਦਾ ਆਨੰਦ ਮਾਣੋ। ਕਹਿੰਦੇ ਪੰਜਾਬ ਦੀ ਧਰਤੀ ਲੋਕੋ ਆਜੋ ਰੱਖੀਏ ਟੌਰ ਨਵਾਬੀ, ਗੁਰੂਆਂ ਪੀਰਾਂ ਬਖਸ਼ੀ ਸਾਨੂੰ ਸਬਰ ਸਿਦਕ ਦੀ ਚਾਬੀ, ਤਿੱਲੇਦਾਰ ਜੁੱਤੀ ਦੀਆਂ ਮੜਕਾਂ ਪੈਰੀ ਜੱਜਦੀ ਪਾਈ ਗੁਰਗਾਬੀ, ਜਿਉਂਦੀ ਵਸਦੀ ਰਵੇ ਦੋਸਤੋ ਸਾਡੀ ਮਾਂ ਬੋਲੀ ਪੰਜਾਬੀ। ਕੋਈ ਜ਼ੋਰਦਾਰ ਤਾੜੀਆਂ ਹੋ ਜਾਣ ਪੰਜਾਬੀ ਮਾਂ ਬੋਲੀ ਦੇ ਉੱਤੇ। ਸਾਨੂੰ ਕਿੰਨਾ ਚੰਗਾ ਲੱਗਦਾ ਕਿ ਇੱਦਾਂ ਦਾ ਪੰਜਾਬ ਵਰਗਾ ਮਾਹੌਲ ਦੇ ਕੇ ਇੱਦਾਂ ਲੱਗਦਾ ਅਸੀਂ ਆਪਣੇ ਪੰਜਾਬ 'ਚ ਹੀ ਬੈਠੇ ਹੋਏ ਹਾਂ। ਸੋ ਇਸ ਮਹਿਫਿਲ ਦਾ ਆਨੰਦ ਮਾਣਨ ਲਈ ਸਾਡੇ ਨਾਲ ਅੱਜ ਬਹੁਤ ਖੂਬਸੂਰਤ ਜੋੜੀਆਂ ਪਹੁੰਚੀਆਂ ਨੇ, ਸਪੈਸ਼ਲ ਉਚੇਚੇ ਤੌਰ 'ਤੇ ਇੰਡੀਆ ਤੋਂ ਰਮਨ ਸੰਧੂ, ਪ੍ਰੀਤ ਜੌਹਣਾ ਜੀ ਅਤੇ ਉਸ ਤੋਂ ਬਾਅਦ ਹਰਪ੍ਰੀਤ ਢਿੱਲੋਂ ਅਤੇ ਜੱਸੀ ਕੌਰ ਜੀ ਵੀ ਆਉਣਗੇ। ਕਹਿੰਦੇ ਜਦੋਂ ਜੋੜੀਆਂ ਆਉਂਦੀਆਂ ਨੇ ਬਹੁਤ ਹੀ ਵਧੀਆ ਲੱਗਦਾ, ਅਕਸਰ ਨਹੀਂ ਤਾਂ ਜੋੜੀਆਂ ਇੱਕ ਦੂਜੇ ਨੂੰ ਇਹੀ ਕਹਿੰਦੀਆਂ ਹੁੰਦੀਆਂ ਨੇ, ਤੇਰੇ ਜਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ। ਜਿਹੜੀ ਸਾਡੀ ਅੱਜ ਜੋੜੀ ਪਹੁੰਚੀ ਹੈ ਉਹ ਬਹੁਤ ਹੀ ਪਿਆਰ ਵਾਲੀ ਜੋੜੀ ਹੈ, ਕਿਉਂਕਿ ਅੱਜ ਕੱਲ੍ਹ ਬੜਾ ਰਿਵਾਜ ਆ ਉੱਥੇ ਦੋ ਦੋ ਤਿੰਨ ਤਿੰਨ ਅਰਜਨ ਟਰੈਕਟਰ ਰੱਖੇ ਹੋਏ ਨੇ ਮੇਰੇ ਵੀਰਾਂ ਨੇ। ਅਰਜਨ ਟਰੈਕਟਰ ਦੇ ਉੱਪਰ ਇੱਕ ਗਾਣਾ ਲਿਖਿਆ, ਉਹ ਤੁਹਾਡੇ ਸਾਹਮਣੇ ਹੀ ਪੇਸ਼ ਕਰਨ ਲੱਗੇ ਆ। ਆ ਜਾਓ ਰਮਨ ਜੀ। ਕਰ ਖੇਤੀ ਨੂੰ ਪਿਆਰ ਨੀ ਕਰ ਅਰਜਨ ਨੇ ਦੇ ਚੱਟ ਦੇ।
ਜਨਨੇ ਦੇ ਜੱਟ ਦੇ ਇੱਕ ਧੋੜੀ ਤੇ ਅਕਾਰ ਨੀ ਇੱਕ ਧੋੜੀ ਤੇ ਅਕਾਰ ਨੀ ਇੱਕ ਧੋੜੀ ਤੇ ਅਕਾਰ ਹਜ਼ਾਰ ਤੂੜੀ ਵਾਲੀ ਇੱਕ ਮਸ਼ੀਨ ਵੀ ਤੂੜੀ ਵਾਲੀ ਇੱਕ ਮਸ਼ੀਨ ਵੀ ਪਈ ਧਰਤੀ ਮਾਰੋ ਮਾਰ ਸਾਨੂੰ ਮੌਜਾਂ ਵਿੱਚ ਪੰਜਾਬ ਦੇ ਸਾਨੂੰ ਮੌਜਾਂ ਵਿੱਚ ਪੰਜਾਬ ਦੇ ਲੋਕੀ ਕਹਿਣ ਤੂੰ ਸਰਦਾਰ ਨੀ ਕਰ ਅਰਜਨ ਨੇ ਦੇ ਜੱਟ ਦੇ ਜੱਟ ਦੇ ਇੱਕ ਧੋੜੀ ਤੇ ਪਕਾਰ ਨੀ ਇੱਕ ਧੋੜੀ ਤੇ ਪਕਾਰ ਨੀ ਇੱਕ ਧੋੜੀ ਤੇ ਪਕਾਰ Thank you.